ਹਾਂਜੀ ਬੇਟਾ ਚੈਪਟਰ 2 ਬਦਲਦੀ ਦੁਨੀਆ ਚੈਪਟਰ ਵਾਰਿਆ ਆਪਾਂ ਪੜਾਂਗੇ ਠੀਕ ਹੈ ਇਸ ਚੈਪਟਰ ਦੇ ਕੁਐਸਚਨ ਆਨਸਰ ਤੇ ਸ਼ਬਦ ਅਰਥ ਪੜਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਸ਼ਬਦ ਅਰਥ ਪੜਦੇ ਹਾਂ ਇਹ ਓਕੇ ਸ਼ਬਦਾਂ ਦੇ ਅਰਥ ਤਬਦੀਲੀ ਬਦਲਣਾ ਝੰਜਟ ਬਖੇੜਾ ਸਰੋਤੇ ਸੁਣਨ ਵਾਲੇ ਚਕਾ ਚੌਦ ਚਮਕ ਦਮਕ ਵਰਦਾਨ ਅਸ਼ੀਰਵਾਦ ਵਾਇਰਲੈਸ ਬਿਨਾ ਤਾਰ ਵਾਲਾ ਲਾਊਡ ਸਪੀਕਰ ਆਵਾਜ਼ ਦੂਰ ਤੱਕ ਪਹੁੰਚਾਉਣ ਵਾਲਾ ਟੈਲੀਗ੍ਰਾਮ ਤਾਰ ਵਾਇਸ ਮੇਲ ਬੋਲ ਕੇ ਭੇਜਿਆ ਜਾਣ ਵਾਲਾ ਸੁਨੇਹਾ ਟਾਈਪ ਜੜਤ ਪਹਾੜੇ ਗਿਣਤੀ ਕਰਨ ਦਾ ਤਰੀਕਾ ਹਾਰਟ ਖੂਚ ਚੱਲਣ ਵਾਲਾ ਹੁਣ ਬੇਟਾ ਆਓ ਅਭਿਆਸ ਕਰੀਏ ਠੀਕ ਹੈ ਸੋਚੋ ਤੇ ਦੱਸੋ ਕਿਸ ਨੇ ਲੈਕਚਰ ਦਿੰਦੇ ਹੋਏ ਇਲੈਕਟ੍ਰੋਨਿਕ ਘੜੀ ਵਿਖਾਈ ਸੀ ਪ੍ਰੋਫੈਸਰ ਪਿਆਰਾ ਸਿੰਘ ਨੇ ਠੀਕ ਹੈ ਪਟਿਆਲੇ ਵਿਖੇ ਉਹਨਾਂ ਨੇ ਜਦੋਂ ਲੈਕਚਰ ਦੇ ਰਹੇ ਸਨ ਉਹਦਾ ਇਲੈਕਟ੍ਰੋਨਿਕ ਕੜੀ ਵਿਖਾਈ ਸੀ ਉਹਨਾਂ ਨੇ ਕਿਸ ਦਾ ਕਮਾਲ ਸਭ ਤੋਂ ਵੱਧ ਵੇਖਣ ਨੂੰ ਆਇਆ ਕੰਪਿਊਟਰ ਦਾ ਠੀਕ ਹੈ ਚਿੱਠੀਆਂ ਦੀ ਜਗ੍ਹਾ ਕਿਸ ਨੇ ਲੈ ਲਈ ਈਮੇਲ ਨੇ ਲੈ ਲਈ ਅੱਖਾਂ ਦੀ ਜੋਤ ਤੋਂ ਵੀ ਹੁਣ ਨਾਲੇ ਕੀ ਬਣੇ ਹਨ ਕੰਪਿਊਟਰ ਬਣੇ ਹਨ ਇਸ ਤੇਜ਼ ਬਦਲਦੀ ਦੁਨੀਆ ਵਿੱਚ ਕਿਹੜੇ ਵਿਚਾਰਾਂ ਨਾਲ ਜਿਉਣਾ ਔਖਾ ਹੋ ਗਿਆ ਹੈ ਇਸ ਤੇਜ਼ ਬਦਲਦੀ ਦੁਨੀਆ ਦੇ ਵਿੱਚ ਕੱਸੇ ਪਿਟੇ ਅਤੇ ਰੂੜੀਵਾਦੀ ਪੁਰਾਣੇ ਵਿਚਾਰਾਂ ਦੇ ਨਾਲ ਜਿਉਣਾ ਔਖਾ ਹੋ ਗਿਆ ਹੈ ਸਵਰਗ ਕਿੱਥੇ ਹੈ ਸਵਰਗ ਹੈ ਜਿਹੜਾ ਧਰਤੀ ਦੇ ਉੱਤੇ ਸਵਰਗ ਹੈ ਜੇ ਕਹਦੇ ਕਹਿੰਦੇ ਸਵਰਗ ਹੋ ਸਕਦਾ ਤਾਂ ਹੁਣ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਨੇ ਮੁਨਾਫਾ ਘਟਣ ਲਈ ਕੀ ਹੋ ਰਿਹਾ ਹੈ ਮੁਨਾਫਾ ਘਟਣ ਦੇ ਲਈ ਜਿਹੜੀ ਤਿਆਰ ਹੋ ਰਹੀਆਂ ਵਸਤਾਂ ਨੇ ਖਾਣ ਪੀਣ ਦੀਆਂ ਵਸਤਾਂ ਨੇ ਇਹ ਸਾਰਿਆਂ ਨੂੰ ਕੀ ਹੈ ਬਰਤਨ ਦੀ ਆਦਤ ਹੈ ਜਿਹੜੀ ਕੀ ਹੈ ਇਸ਼ਤਿਹਾਰਾਂ ਨਹੀਂ ਪਾਈ ਜਾਂਦੇ ਕਿਉਂਕਿ ਹਰ ਇੱਕ ਚੀਜ਼ਾਂ ਨੇ ਜਿਹੜੀਆਂ ਔਨਲਾਈਨ ਮੰਗਵਾਈਆਂ ਜਾ ਰਹੀਆਂ ਨੇ ਹੁਣ ਆਪਾਂ ਅੱਗੇ ਕੁਐਸਚਨ ਆਂਸਰ ਕਰਦੇ ਹਾਂ ਬੱਚੇ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਤਿੱਲੀ ਦੀ ਡੱਬੀ ਆਉਣ ਤੋਂ ਬਾਅਦ ਕੀ ਸੰਭਾਲ ਕੇ ਰੱਖਣ ਦਾ ਝੰਜਟ ਖਤਮ ਹੋ ਗਿਆ ਤੀਲਾਂ ਦੀ ਡੱਬੀ ਆ ਗਈ ਤਾਂ ਚੁੱਲ੍ਹੇ ਵਿੱਚ ਅੱਗ ਨੂੰ ਦੱਬ ਕੇ ਸੰਭਾਲ ਰੱਖਣ ਦਾ ਝੰਝਟਾ ਜਿਹੜਾ ਖਤਮ ਹੁੰਦਾ ਜਾ ਰਿਹਾ ਕੰਪਿਊਟਰ ਕਿਉਂਕਿ ਬੇਟਾ ਹੁਣ ਜ਼ਿਆਦਾਤਰ ਕੀ ਹੈ ਗੈਸ ਚੱਲ ਪਈ ਠੀਕ ਹੈ ਤਾਂ ਉਹ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਜਿਹੜੀ ਤੀਲਾਂ ਦੀ ਡੱਬੀ ਸੀ ਉਹ ਆਉਣ ਤੋਂ ਬਾਅਦ ਠੀਕ ਹੈ ਜਦੋਂ ਮਾਚਸ ਸੀ ਜਿਹੜੀ ਤੀਲਾਂ ਦੀ ਡੱਬੀ ਮਾਚਸ ਨੂੰ ਕਿਹਾ ਜਾਂਦਾ ਠੀਕ ਹੈ ਤਾਂ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਕੀ ਅੱਗ ਨੂੰ ਦੱਬ ਕੇ ਰੱਖ ਦਿੰਦੇ ਸੀ ਮਤਲਬ ਸਵੇਰੇ ਉੱਠ ਕੇ ਉਹੀ ਅੱਗ ਬਾਲੀ ਜਾਵੇ ਬੇ ਚੁੱਲ੍ਹੇ ਦੇ ਵਿੱਚ ਠੀਕ ਹੈ ਕੰਪਿਊਟਰ ਕੀ ਹੈ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ ਇਹ ਸਾਡੇ ਕੋਲੋਂ ਹੁਕਮ ਲੈਂਦੀ ਹੈ ਅਤੇ ਉਸ ਉੱਤੇ ਕੰਮ ਕਰਦੀ ਹੈ ਤੇ ਕੰਮ ਉਪਰੰਤ ਪੈਦਾ ਹੋਏ ਨਤੀਜਿਆਂ ਨੂੰ ਸਾਡੇ ਤੱਕ ਸਮਝਣ ਯੋਗ ਰੂਪ ਵਿੱਚ ਦਿੰਦੀ ਹੈ ਮਨੁੱਖੀ ਦਿਮਾਗ ਅਤੇ ਕੰਪਿਊਟਰ ਦਾ ਬੜਾ ਡੂੰਘਾ ਰਿਸ਼ਤਾ ਹੈ ਇੰਟਰਨੈਟ ਕੀ ਹੈ ਇੰਟਰਨੈਟ ਦੀ ਬਦੌਲਤ ਈਮੇਲ ਕਰਨਾ ਫੇਸਬੁੱਕ ਜਾਂ ਵਟਸਐਪ ਤੇ ਲਿਖਤ ਸੁਨੇਹੇ ਫੋਟੋਆਂ ਅਤੇ ਵੀਡੀਓ ਨੂੰ ਦੇਖਿਆ ਜਾਂਦਾ ਹੈ ਇੰਟਰਨੈਟ ਤੇ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਠੀਕ ਹੈ ਕਰ ਬੈਠੇ ਹੀ ਅਸੀਂ ਪੜ੍ਹਾਈ ਸੰਬੰਧੀ ਕਾਫੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਹੁਣ ਛੇਤੀ ਸੁਨੇਹੇ ਕਿਸ ਰਾਹੀਂ ਭੇਜੇ ਜਾਂਦੇ ਹਨ ਹੁਣ ਛੇਤੀ ਸੁਨੇਹੇ ਕੰਪਿਊਟਰ ਇੰਟਰਨੈਟ ਰਾਹੀਂ ਭੇਜੇ ਜਾਂਦੇ ਹਨ ਕੰਪਿਊਟਰ ਉੱਤੇ ਚਿੱਠੀ ਟਾਈਪ ਕਰੋ 2 ਸਕਿੰਟਾਂ ਵਿੱਚ ਇੰਟਰਨੈਟ ਰਾਹੀਂ ਭਾਵੇਂ ਇੰਗਲੈਂਡ ਅਮਰੀਕਾ ਭੇਜ ਦਿਵੋ ਅੱਗੋਂ ਬੰਦਾ ਹਾਜ਼ਰ ਹੋਵੇ ਤਾਂ ਜਿਹੜੀ ਜਵਾਬੀ ਚਿੱਠੀ ਹੈ ਉਹ ਨਾਲ ਦੀ ਨਾਲ ਮਿਲ ਜਾਂਦੀ ਹੈ ਜਿਹੜਾ ਕੰਪਿਊਟਰ ਤੇ ਬੈਠਾ ਹੋਵੇ ਤਾਂ ਜਵਾਬੀ ਚਿੱਠੀ ਦਾ ਚੁਟਕੀ ਮਾਰਦੇ ਹੀ ਜਵਾਬ ਹੈ ਜਿਹੜਾ ਆ ਜਾਂਦਾ ਹੈ ਠੀਕ ਹੈ ਦੁਕਾਨਦਾਰ ਹੁਣ ਹਿਸਾਬ ਕਿਤਾਬ ਲਈ ਕਿਸ ਨਾਲ ਕਿਸ ਨਾਲ ਕਰਦੇ ਹਨ ਤੇ ਕਿਵੇਂ ਦੁਕਾਨਦਾਰ ਹਿਸਾਬ ਕਿਤਾਬ ਲਈ ਵੱਡੇ ਕੈਲਕੂਲੇਟਰਾਂ ਦੀ ਵਰਤੋਂ ਕਰਦੇ ਹਨ ਇਲੈਕਟ੍ਰੋਨਿਕ ਡਾਇਰੀਆਂ ਆਮ ਹੋ ਰਹੀਆਂ ਹਨ ਇਹਨਾਂ ਵਿੱਚ ਹੱਥ ਨਾਲ ਟੈਲੀਫੋਨ ਨੰਬਰ ਅਤੇ ਐਡਰੈਸ ਲਿਖਣ ਦੀ ਲੋੜ ਨਹੀਂ ਬਸ ਉਂਗਲਾਂ ਦੀ ਛੋਹ ਨਾਲ ਹੀ ਸਭ ਕੁਝ ਦਰਜ ਹੋ ਜਾਂਦਾ ਹੈ